चुनावी यात्रा इस समय रात्रि के मेरे ख्याल से 7:30 बज चुके होंगे और इस समय हमारी चुनावी यात्रा कालावाली विधानसभा के गांव बप्पा के अंदर पहुंच चुकी है और लाइव के अंदर आप मेरे साथ जल्दी जल्दी जुड़ जाइए। मात्र 5 दिन, आज 1 तारीख है और 5 दिन रह चुके हैं हमारे हरियाणा विधानसभा चुनाव के, लेकिन बप्पा गांव का वोटर आखिर क्या कहता है। यहां कुछ ग्रामीण बैठे हुए हैं, श्री बलदेव सिंह जी वार्ड नंबर 12 से ग्राम पंचायत बप्पा खंड बड़ागुड़ा। तो आइए बाबे नाल करदे हैं असी गल्ला बातां। तो मेरे साथ देख सकते हैं कि सारे बप्पा गांव के यहाँ ग्रामीण बैठे हुए। सत श्री अकाल जी। बाबा जी तुहाडा नाम? जगसीर सिंह जी। बाबा जी तुहाडे गांव दा नाम है बप्पा। ते हुण किदे उत्ते लगेगा ठप्पा? हुण फुल दे उत्ते लावांगे ठप्पा। लो बाबा जी ने गल कहती है, वखरी गल कीती है कि बप्पा गांव हैगा लेकिन ठप्पा लाऊगा किनू? गरीब जनता, लेकिन किसान भी है, धरती पुत्र भी है। आइए बाबा जी दे नाल गल करदे आं। वीर जी तुहानू की मन लगता है कि वार किहदी सरकार बन रही है? मोदी की सरकार जी। मोदी की सरकार क्यों लगता है तुहानू? चंगी लगदी है मोदी की सरकार? ਕੰਮ ਕਰਿਆ, ਰੋਡਾਂ ਦੇ ਜਾਲ ਵਿਛਾਤੇ, ਗਰੀਬਾਂ ਨੂੰ ਰੋਜ਼ਗਾਰ ਦਿੱਤਾ, ਘਰਾਂ 'ਚ ਸਿਲੰਡਰ ਦਿੱਤੇ ਆ। ਜ਼ਿਲ੍ਹਾ ਵਾਰਡ ਨੰਬਰ ਪਿਛਲੀ ਵਾਰ ਵੀਰ ਜੀ ਕਹਿ ਰਿਹਾ 5 ਲੱਖ ਦੇ, ਪੰਜ ਲੱਖ ਦਾ ਇਲਾਜ ਵਾਲਾ ਕਾਰਡ ਬਣਾਇਆ ਜੀ ਉਹਨਾਂ ਨੇ, ਘਰ ਘਰ ਸਿਲੰਡਰ ਦਿੱਤੇ ਜੀ ਗਰੀਬ ਜਨਤਾ ਨੂੰ ਬਹੁਤ ਜੀ। ਵੀਰ ਜੀ ਤੁਹਾਡਾ ਨਾਮ? ਬਲਦੇਵ ਸਿੰਘ ਮੈਂਬਰ। ਬਲਦੇਵ ਸਿੰਘ ਜੀ, ਵਿਧਾਇਕ ਤਾਂ ਤੁਹਾਡਾ ਸ਼ੀਸ਼ਪਾਲ ਸੀਗਾ ਕਾਂਗਰਸ ਤੋਂ, ਤੇ ਕੋਈ ਕੰਮ ਕੁੰਮ ਕਰਵਾਏ? ਕੰਮ ਕੁਛ ਨੀ ਕਰਾਇਆ ਜੀ, 5 ਸਾਲ ਉਹਨੂੰ ਪਿਛਲੇ ਗੇੜੇ ਅਸੀਂ ਵੋਟਾਂ ਵੀ ਪਾਈਆਂ, ਜਿਤਾਇਆ ਵੀ ਉਹਨਾਂ ਨੂੰ, ਹੁਣ ਕੋਈ ਕੰਮ ਨੀ ਕਰਾਇਆ ਜੀ ਸਾਡਾ। ਤੇ ਐਤਕੀ ਵਾਰ ਤੁਹਾਡਾ ਮਨ ਬਦਲ ਗਿਆ? ਹਾਂਜੀ ਸਾਡਾ ਮਨ ਬਦਲ ਗਿਆ ਜੀ। ਐਤਕੀ ਵਾਰ ਬਾਬਾ ਜੀ ਫਿਰ ਮਨ ਫੁਰ ਗਿਆ? ਹਾਂਜੀ ਮਨ ਫੁਰ ਗਿਆ, ਤੇ ਗੁਲਾਬ ਦੇ ਫੁੱਲ ਨੂੰ ਜਿਤਾਓਗੇ। ਤੇ ਮਾਤਾ ਜੀ ਕਪਾਸ ਦਾ ਫੁੱਲ ਵੀ ਖਿੜਦਾ ਹੈਗਾ, ਤੁਸੀਂ ਵੀ ਫਿਰ ਕਮਲ ਦਾ ਫੁੱਲ ਖਿੜਾਓਗੇ? ਹਾਂਜੀ ਹਾਂਜੀ ਜ਼ਰੂਰ ਜੀ, ਜ਼ਰੂਰ ਫਿਰ ਲਾਵਾਂਗੇ ਠੱਪਾ ਗੁਲਾਬ ਦੇ ਫੁੱਲ ਤੇ। ਤੇ ਮਾਤਾ ਜੀ ਵੀ ਕਹਿ ਰਹੇ ਨੇ ਵੀ ਅਸੀਂ ਵੀ ਕਮਲ ਦੇ ਫੁੱਲ ਨੂੰ ਵੋਟਾਂ ਪਾਵਾਂਗੇ। ਤੇ ਮੇਰੇ ਨਾਲ ਬਾਬਾ ਜੀ ਤੁਸੀਂ ਦੇਖ ਰਹੇ ਸੀ, ਇਹਨਾਂ ਦੇ ਮਨ ਦੇ ਭਾਵ ਵੀ ਜਾਣਨ ਦੀ ਕੋਸ਼ਿਸ਼ ਕਰੀਏ। ਬਾਬਾ ਜੀ ਤੁਹਾਡਾ ਮਨ ਕੀ ਕਹਿੰਦਾ ਹੈ ਐਤਕੀ ਵਾਰ? ਅਸੀਂ ਵੀ ਕਮਲ ਦੇ ਫੁੱਲ ਨੂੰ ਚਮਕਾਵਾਂਗੇ। ਕਮਲ ਦੇ ਫੁੱਲ ਨੂੰ? ਹਾਂਜੀ। ਤੇ ਕਮਲ ਦੇ ਫੁੱਲ ਨੂੰ ਬਾਬਾ ਜੀ ਨੇ ਠਾਣ ਲਿੱਤਾ ਹੈ ਕਿ ਗਾਂਵ ਬੱਪਾ ਦਾ ਵੋਟਰ ਕਿਹਨੂੰ ਲਾਊਗਾ ਠੱਪਾ। ਯੁਵਾ ਸਾਥੀ ਨੇ ਇਹਨਾਂ ਨੇ ਵੀ ਆਪਣੀ ਗੱਲ ਬਸ ਦੱਸੀ ਤੇ ਮੈਨੂੰ ਵੀਰ ਜੀ ਨਜ਼ਰ ਹੋ ਆ ਰਹੇ ਨੇ। ਆਈਏ ਜੀ ਵੀਰ ਜੀ ਦੇ ਨਾਲ ਵੀ ਗੱਲ ਕਰਦੇ ਆ ਜੀ। ਤੁਹਾਡਾ ਨਾਮ ਜੀ? ਕਰਦੀਪ ਸਿੰਘ ਜੀ। ਕਰਦੀਪ ਸਿੰਘ ਜੀ ਤੁਹਾਡਾ ਮਨ ਕੀ ਕਹਿੰਦਾ ਹੈ? ਤੁਹਾਡੇ ਦਿਲ ਦੀ ਧੜਕਨ ਕੀ ਕਹਿ ਰਹੀ ਹੈ? ਇਸ ਤਾਂ ਜੀ ਮੋਦੀ ਨੂੰ ਵੋਟ ਪਾਵਾਂਗੇ ਜੀ। ਮੋਦੀ ਜੀ ਨੂੰ? ਹਾਂਜੀ। ਮੋਦੀ ਜੀ ਤੁਹਾਨੂੰ ਕਿਉਂ ਚੰਗੇ ਲੱਗਦੇ ਨੇ? ਹੈ ਜੀ ਸਿਲੈਂਡਰ ਮੋਦੀ ਦੇਈ ਜਾਂਦਾ ਜੀ, ਪਰਸਨਾ ਉਹ ਵਧਾਈ ਜਾਂਦਾ ਜੀ। ਅੱਛਾ। ਤੇ ਤੁਹਾਡੇ ਇੱਥੇ ਹੁਣ ਮੋਦੀ ਦਾ ਫਿਰ ਬੰਦਾ ਜਿਹੜਾ ਖੜਿਆ ਹੋਇਆ ਹੈ, ਉਹਦੇ ਨਾਲ ਕੋਈ ਅਟੈਚਮੈਂਟ ਹੈਗੀ ਹੈ, ਕੋਈ ਜੁੜਾਵ? ਹਾਂਜੀ ਹਾਂਜੀ, ਆਪਣੇ ਭਾਈ ਸਾਹਿਬ ਅਰਜਿੰਦਰ ਸਿੰਘ ਦੇਸੂਜੋ ਦਾ ਜੀ। ਹਾਂ ਦੇਸੂਜੋ ਨੂੰ ਵੋਟ ਪਾਵਾਂਗੇ ਤੇ ਕਾਮਯਾਬ ਕਰਾਂਗੇ, ਤੇ ਨਾਲ ਸਾਡੀ ਵੀ ਕਾਮਯਾਬੀ ਹੈ ਜੀ। ਹਾਂਜੀ ਜੀ। ਤੇ ਰਾਜਿੰਦਰ ਸਿੰਘ ਦੇਸੂਜੋ ਦਾ ਜੀ? ਹਾਂਜੀ। ਤੁਹਾਡੇ ਇਹ ਜਿਹੜੇ ਬੀਜੇਪੀ ਦੇ ਪ੍ਰਤਿਆਸ਼ੀ ਨੇ ਪਿਛਲੀ ਵਾਰ ਵੀ ਖੜੇ ਹੋਏ ਸੀ, ਉਦੋਂ ਪਿਛਲੀ ਵਾਰ ਵੀ ਖੜੇ ਹੋਏ ਸੀ। ਹਾਂਜੀ।
ਘੱਟ ਤੋਂ ਘੱਟ ਵੀ 12-13 ਹਜ਼ਾਰ ਤੇ ਇਹ ਬੰਦਾ ਸਾਡੀ ਤਾਂ ਜ਼ਿਆਦਾ ਆ ਵੀ 12-13 ਹਜ਼ਾਰ ਤੇ ਜਿੱਤੂਗਾ ਇਹ ਬੰਦਾ। ਤੇ ਤੁਹਾਨੂੰ ਕਿਉਂ ਲੱਗਦਾ ਵੀ ਉਸ ਬੰਦੇ ਨੂੰ ਜਿਤਾਉਣਾ ਚਾਹੀਦਾ? ਉਹ ਜੀ ਮਿਹਨਤ ਬਹੁਤ ਜ਼ਿਆਦਾ ਕਰੀ ਆ, ਜਿੰਨੀ ਵੀ ਕਹਿ ਦੋ ਘਰ ਘਰ ਜਾ ਕੇ, ਕਿੰਨੇ ਪਿੰਡ ਆ ਜੀ ਆਪਣੇ 81-82 ਪਿੰਡ ਆ, ਹਰ ਇੱਕ ਦੇ ਘਰ ਘਰ ਜਾ ਕੇ ਮਿਹਨਤ ਕਰੀ ਆ ਉਸ ਬੰਦੇ ਨੇ, ਹਰ ਇੱਕ ਦੇ ਪੈਰੀ ਹੱਥ ਲਾਏ ਨਾ ਵੀ ਮੈਂ ਗਰੀਬ ਬੰਦਾ ਤੇ ਮੇਰੀ ਮਿਹਨਤ ਦੀ ਮਜ਼ਦੂਰੀ ਮੈਨੂੰ ਮਿਲਣੀ ਚਾਹੀਦੀ, ਮੇਰੀ ਮਿਹਨਤ ਦੀ ਮਜ਼ਦੂਰੀ ਮਿਲਣੀ ਚਾਹੀਦੀ। ਬਾਬਾ ਨੇ ਆਹ ਗੱਲ ਵੱਖਰੀ ਕੀਤੀ, ਤੁਸੀਂ ਵੀ ਕਹਿ ਰਹੇ ਸੀ ਕਿ ਉਹ ਘਰ ਘਰ ਤੁਰਿਆ। ਹਾਂਜੀ ਹਾਂਜੀ, ਘਰ ਘਰ ਤੁਰਿਆ, ਉਹਨੇ ਹਾਰ ਕੇ ਵਿਚਾਰੇ ਨੇ ਕੰਮ ਕਰਾਏ, ਹਾਰ ਕੇ ਵੀ ਕੰਮ ਕਰਾਏ। ਵੀਰ ਜੀ, ਹਾਰ ਕੇ ਵੀ ਕੋਈ ਕੰਮ ਕਰਵਾਉਂਦਾ? ਸਾਡੇ ਪਿੰਡ ਬਹੁਤ ਕੰਮ ਕਰਾਏ, ਗਲੀਆਂ ਬਣਵਾਈਆਂ ਬਹੁਤ ਜ਼ਿਆਦਾ। ਹਾਂਜੀ, ਉਧਰ ਮਗਰ ਲੱਗੇ ਜੀ ਅਸੀਂ। ਤੁਸੀਂ ਮੇਰੇ ਨਾਲ ਵੇਖ ਰਹੇ ਸੀ, ਲੋਕਾਂ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ, ਛੋਟੇ ਛੋਟੇ ਮੁੰਡੇ ਵੇਖ ਸਕਦੇ ਹੋ ਸਾਈਕਲਾਂ ਤੇ ਵਿਚਾਰੇ ਬੈਠੇ ਨੇ। ਵੀਰ ਜੀ ਔਰ ਨਜ਼ਰ ਆ ਗਏ ਨੇ, ਨਮਸਕਾਰ ਜੀ। ਐਤਕੀ ਵਾਰੀ ਕੀ ਲੱਗ ਰਿਹਾ? 5 ਦਿਨ ਰਹਿ ਗਏ, ਅੱਜ ਦਾ ਦਿਨ ਤਾਂ ਗਿਆ, 4 ਦਿਨ ਹੀ ਰਹਿ ਗਏ ਨੇ, ਤਾਂ ਕੀ ਮੂਡ ਬਣਾਇਆ ਤੁਸੀਂ? ਮੂਡ ਉਹੀ ਹੈ ਆਪਣਾ ਜਿਹੜਾ ਬਣਦਾ ਹੁੰਦਾ। ਕਿਹੜਾ? ਤੁਸੀਂ ਦੱਸੋ, ਉਧਰ ਹੀ ਵਗ ਜਾਏ। ਅਸੀਂ ਤਾਂ ਕੀ ਦੱਸਿਆ, ਮੈਂ ਤਾਂ ਤੁਹਾਨੂੰ ਕਹਿੰਦਾ ਮਾਸਟਰ ਨੂੰ ਪਾ ਦਿਓ। ਨਹੀਂ ਨਹੀਂ, ਆਪਾਂ ਆਪਦੇ ਦਿਲ ਨਾਲ ਹੀ ਪਾਵਾਂਗੇ। ਦਿਲ ਨਾਲ ਹੀ ਪਾਓਗੇ? ਫਿਰ ਦਿਲ ਤਾਂ ਥੋੜਾ ਬਣਾ ਲਓ, 4 ਦਿਨ ਰਹਿ ਗਏ। ਕਮਲ ਦਾ ਫੁੱਲ ਖਿਡਾਉਣਾ ਹੈ ਜਾਂ ਕਪਾਸ ਦਾ ਫੁੱਲ ਖਿਡਾਉਣਾ ਹੈ? ਜੇ ਤੁਹਾਨੂੰ ਗੁੱਸਾ ਲੱਗਦਾ ਤਾਂ ਕਮਲ ਦਾ ਫੁੱਲ ਹੀ ਖਿਲਾਉਣਾ। ਅੱਛਾ ਜੀ, ਤੇ ਵੀਰ ਜੀ ਨੇ ਆਪਣੀ ਗੱਲ ਕਹਿ, ਹੁਣ ਸਾਨੂੰ ਨਜ਼ਰ ਆ ਗਏ ਨੇ ਅਸਲੀ ਸ਼ਖਸ, ਇਹ ਰੱਖਣ ਦੇ, ਇਹ ਰੱਖਣਗੇ ਆਪਣੀ ਮਨ ਦੀ ਗੱਲਾਂ। ਵੀਰ ਜੀ ਦੱਸੋ, ਤੁਸੀਂ ਤੁਹਾਨੂੰ ਕਿਹੜਾ ਬੰਦਾ ਚੰਗਾ ਲੱਗਦਾ ਐਤਕੀ ਵਾਰੀ? ਕਿਹਦੇ ਬਾਰੇ ਪੁੱਛ ਰਹੇ ਤੁਸੀਂ? ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ, ਪੁੱਛ ਕਿਹਦੇ ਬਾਰੇ ਤੁਸੀਂ? ਅਸੀਂ ਤਾਂ ਚੁਣਾਵ ਦੀ ਗੱਲਾਂ ਕਰ ਰਹੇ ਨੇ। ਚੁਣਾਵ ਕਰ ਰਹੇ ਹੈ? 5 ਤਾਰੀਖ ਨੂੰ ਚੁਣਾਵ ਆ ਗਏ, ਇਲੈਕਸ਼ਨ ਕਦੇ? ਹਰਿਆਣਾ ਦੇ ਚੁਣਾਵ ਨਹੀਂ, ਇਹਦੇ 'ਚ ਬਣਨਾ ਕੀ ਹੈ? ਮੁੱਖ ਮੰਤਰੀ ਬਣਨਾ ਕਿ ਪ੍ਰਧਾਨ ਮੰਤਰੀ ਬਣਨਾ ਕਿ ਚੌਂਕੀ ਦਾ ਬਣਨਾ? ਮੁੱਖ ਮੰਤਰੀ ਬਣਨਾ ਹਰਿਆਣਾ ਦਾ, ਕੌਣ ਬਣੂਗਾ? ਪ੍ਰਧਾਨ ਮੰਤਰੀ ਤਾਂ ਯਾਰ ਹੁਣ ਰਾਤ ਨੂੰ ਤੁਰੇ ਜਾਂਦੇ ਸੜਕੀ ਦੇ, ਪਤਾ ਕੀ ਲੱਗਦਾ ਕੌਣ ਬਣੂਗਾ? ਜੀ ਜੀ, ਤਾਂ ਵੀਰ ਜੀ ਦੇ ਨਾਲ ਗੱਲ ਕਰ ਰਹੇ ਸੀ, ਪੂਰਾ ਦੇਖ ਸਕਦੇ ਹੋ ਗਾਓ ਬੱਪਾ ਦਾ ਪੂਰਾ ਜੰਮ ਘੱਟ ਖੜਾ ਹੋ ਗਿਆ ਹੈ, ਜੰਮ ਘੱਟ ਖੜਾ ਹੋ ਗਿਆ ਹੈ। ਵੀਰ ਜੀ ਨੇ ਕੀ ਕਹਿਣਾ ਚਾਹੁੰਦੇ ਨੇ? ਉੱਥੇ ਆ ਜੀ ਮਾੜਾ ਜਿਹਾ। ਕਿੱਥੇ? ਉੱਥੇ। ਅੱਛਾ, ਉੱਥੇ ਜ਼ਰੂਰ ਆਵਾਂਗੇ, ਤੁਹਾਡੇ ਨਾਲ ਜ਼ਰੂਰ ਕਰਾਂਗੇ, ਲੇਕਿਨ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਗਾਓ ਬੱਪਾ, ਘੁੰਮਾ ਕੇ ਦਿਖਾ ਦਿਓ ਦੋਸਤ। ਸੁਮਿਤ ਜੀ ਥੋੜ੍ਹਾ ਐਂਗਲ ਸੇ ਘੁੰਮਾ ਕੇ ਦਿਖਾ ਦੀਜੀਏ ਕਿ ਆਖਿਰ ਗਾਓ ਬੱਪਾ ਕਾ ਆਪ ਮੇਰੇ ਸਾਥ ਮਾਹੌਲ ਦੇਖ ਰਹੇ ਹੈ, ਔਰ ਗਾਓ ਬੱਪਾ ਕਾ ਮਾਹੌਲ ਕੇ ਸਾਥ ਪੂਰਾ ਕਾ ਪੂਰਾ ਯਹਾਂ ਜਮ ਘੱਟ ਲੱਗ ਚੁੱਕਾ ਹੈ, ਔਰ ਗਾਓ ਬੱਪਾ ਕਾ ਮੇਰੇ ਸਾਥ ਇਹ ਬੋਰਡ ਦੇਖ ਸਕਦੇ ਹੈ, ਸ਼੍ਰੀਮਤੀ ਬੇਅੰਤ ਕੌਰ ਬਲਦੇਵ ਸਿੰਘ, ਵਾਰਡ ਨੰਬਰ 12, ਗ੍ਰਾਮ ਪੰਚਾਇਤ ਬੱਪਾ, ਬੜਾ ਗੁੜਾ ਖੰਡ ਤੇ ਲੋਕੋ ਕੇ। ਮੇਰੇ ਸਾਥ ਆਪ ਦੇਖ ਰਹੇ ਤੇ ਆਖਿਰ ਪੂਰਾ ਕਾ ਪੂਰਾ ਮਾਹੌਲ ਰੰਗੀਨ ਮੈਂ ਹੋ ਚੁੱਕਾ ਹੈ। ਜਿੰਦਾਬਾਦ ਜੈਸੂ ਜੋਧਾ, ਜਿੰਦਾਬਾਦ ਜੈਸੂ ਜੋਧਾ, ਜਿੰਦਾਬਾਦ ਜੈਸੂ ਜੋਧਾ, ਜਿੰਦਾਬਾਦ ਦੇਸੂ ਜੋਧਾ, ਜਿੰਦਾਬਾਦ ਕੇ ਨਾਰੇ ਆਖਿਰ। ਦੇਸੂ ਜੋਧਾ ਇੰਨਾ ਪਿਆਰਾ ਕਿਉਂ ਲੱਗਦਾ? ਕਿਉਂ ਲੱਗਦਾ ਸਾਨੂੰ? ਗੱਲਾਂ ਤੋਂ ਪਿਆਰਾ ਲੱਗਦਾ, ਗੱਲਾਂ ਤੋਂ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ ਸਾਨੂੰ, ਗੱਲਾਂ ਤੋਂ ਬਹੁਤ ਪਿਆਰਾ ਲੱਗਦਾ। ਸਾਡੇ ਇਹੋ ਜਿਹੀਆਂ ਗੱਲਾਂ ਨੀ ਕਦੇ ਪਈਆਂ ਆਈਆਂ ਜਿੰਨੀਆਂ ਉਹਦੀਆਂ ਗੱਲਾਂ ਪਿਆਰੀਆਂ ਸਾਨੂੰ ਆਈਆਂ ਨਾ, ਸਾਡੇ ਦਿਲ ਲੱਗ ਗਈਆਂ। ਅੱਛਾ, ਹਾਂ, ਗਰੀਬਾਂ ਵਾਸਤੇ ਦਿਲ ਲੱਗ ਗਿਆ, ਗਰੀਬਾਂ ਵਾਸਤੇ ਦਿਲ ਲੱਗ ਗਿਆ, ਗਰੀਬਾਂ ਦੀ ਸਹਾਇਤਾ ਕਰੂਗਾ, ਬਹੁਤ ਕੁਛ ਕਰੂਗਾ ਗਰੀਬਾਂ ਵਾਸਤੇ। ਤੁਸੀਂ ਮੇਰੇ ਨਾਲ ਵੇਖ ਰਹੇ ਪੂਰਾ ਚੰਮ ਘੱਟ ਸੱਜ ਗਿਆ ਹੈ, ਮਾਤਾਵਾਂ ਭੈਣਾਂ ਨੇ ਸਾਡੀ, ਸਾਰੀ ਧੀਆਂ ਨੇ, ਸਾਰੀ ਮਾਤਾਵਾਂ ਧੀਆਂ, ਸਾਡੇ ਬਾਬੇ ਨੇ, ਸਾਡੇ ਵੀਰ ਨੇ, ਸਾਰੇ ਬੱਚੇ ਲੋਕ ਇੱਥੇ ਇਕੱਠੇ ਹੋ ਗਏ ਨੇ।
ਤੇ ਇੱਕ ਇੱਕ ਲੋਕਾਂ ਦੀ ਦਿਲ ਦੀ ਧੜਕਣ, ਇੱਕ ਇੱਕ ਲੋਕਾਂ ਦੀ ਦਿਲ ਦੀ ਧੜਕਣ ਕੀ ਕਹਿੰਦੀ ਹੈ, ਛੋਟੇ ਛੋਟੇ ਮੁੰਡਿਆਂ ਨੂੰ ਵੇਖ ਸਕਦੇ ਹੋ। ਤੋ ਦੇਸੂ ਜੋਧਾ, ਦੇਸੂ ਜੋਧਾ, ਦੇਸੂ ਜੋਧਾ ਹੁੰਦੀ ਹੈ ਉਹਦੀ, ਹਾਂ ਜੀ, ਹਰ ਪਿੰਡ 'ਚ, ਹਰ ਪਿੰਡ 'ਚ। ਤੇ ਛੋਟੇ ਛੋਟੇ ਬੱਚੇ ਵੀ ਕਰ ਰਹੇ ਨੇ, ਛੋਟੇ ਛੋਟੇ ਬੱਚੋਂ ਕੇ ਅੰਦਰ ਆਖਿਰ ਭਾਵ बच्चों को देख सकते हैं कि आखिर किस तरीके से बच्चे देसू जोधा जिंदाबाद के नारे लगाते हुए। लेकिन गांव बप्पा का माहौल पूरा सज चुका है, गांव बप्पा का माहौल पूरा सज चुका है। छोटे छोटे बच्चे हैं, देख सकते हैं कि कितने प्यारे प्यारे क्यूट क्यूट बच्चे हैं। और साड़ी तियां पहना भी तुसी पीछे देख सकते हो। फुर्तीला जी थोड़ा उत्ते करके दिखाओ, आ साडे कैमरामैन ने सुमित फुर्तीला जी, ते पूरा इत्थों ही दिखा देंगे। ते साड़ी तियां पहना ने, ਤੀਆ ਭੈਣਾਂ ਨਾਲ ਅਸੀਂ ਗੱਲ ਕੀਤੀ ਸੀ, ਮਾਤਾ ਜੀ ਨਾਲ ਗੱਲ ਕੀਤੀ ਸੀਗੀ। ਹੁਣ ਬੱਪਾ ਦਾ ਠੱਪਾ ਕਿੱਥੇ ਲੱਗੂਗਾ, ਬੱਪਾ ਦਾ ਠੱਪਾ ਗੁਲਾਬ ਦੇ ਫੁੱਲ ਤੇ, ਮਾਤਾ ਜੀ ਕਹਿੰਦੇ ਨੇ ਬੱਪਾ ਦਾ ਠੱਪਾ ਲੱਗੂਗਾ। ਤੇ ਮੈਨੂੰ ਹੋਰ ਵੀ ਨਜ਼ਰ ਆ ਰਹੇ ਨੇ ਕਿ ਬੱਪਾ ਦਾ, ਮਾਤਾਵਾਂ ਨੇ ਥੋੜ੍ਹੀ ਸ਼ਰਮਾਉਂਦੀਆਂ ਨੇ ਕਿਉਂਕਿ ਸਾਡੇ ਤਾਂ ਪਿੰਡ ਵਿੱਚ ਫਿਰ ਵੀ, ਅਸੀਂ ਤਾਂ ਬਾਗੜੀ ਹੈਗੇ, ਉੱਥੇ ਤਾਂ ਸਾਡੀ ਮਾਵਾਂ ਬੋਲਦੀਆਂ ਨਹੀਂ, ਫਿਰ ਵੀ ਇੱਥੇ ਤਾਂ ਕੁਛ ਨਾ ਕੁਛ ਬੋਲ ਹੀ ਲੈਂਦੇ ਨੇ। ਲੇਕਿਨ ਪੂਰਾ ਮਾਹੌਲ ਸੱਜ ਚੁੱਕਾ ਹੈ, ਇੱਕ ਇੱਕ ਵੋਟਰ ਜੀ ਇਸ ਵਾਰ ਬੱਪਾ ਕਾ ਠੱਪਾ ਖਾ ਲਗੇਗਾ ਜੀ, ਗੁਲਾਬ ਦੇ ਫੁੱਲ, ਗੁਲਾਬ ਦੇ ਫੁੱਲ, ਹਾਂਜੀ ਜੀ, ਬੱਪਾ ਕਾ ਠੱਪਾ, ਗੁਲਾਬ ਦੇ ਫੁੱਲ, ਕਮਲ ਦੇ ਫੁੱਲ ਜੀ, ਕਮਲ ਦੇ ਫੁੱਲ, ਹਾਂਜੀ ਕਮਲ ਦੇ ਫੁੱਲ ਤੇ, ਹਾਂਜੀ ਕਮਲ ਦੇ ਫੁੱਲ ਤੇ ਜੀ, ਆਪ ਕਾ ਠੱਪਾ ਖਾ ਲਗੇਗਾ, ਕਮਲ ਕੇ ਫੁੱਲ, ਕਮਲ ਕੇ ਫੁੱਲ, ਹਾਂਜੀ। ਤੋ ਮਨ ਕੇ ਭਾਵ ਆਖਿਰ ਜੋ ਥੇ ਪ੍ਰਦਰਸ਼ਿਤ ਕੀਏ, ਹਾਂਜੀ, ਗਰੀਬ ਬੰਦੇ ਨੂੰ ਜਿਤਾਉਣਾ, ਜਨਤਾ ਨਾਲ ਹੀ ਖੜੇ ਹੋਏ, ਉਹਨਾਂ ਨਾਲ ਹੀ ਖੜੇ ਹੋਏ ਅਸੀਂ, ਗਰੀਬ ਜਨਤਾ ਨੂੰ ਜਿਤਾਉਣਾ ਜੀ, ਕਿਹਨੂੰ ਜਿਤਾਉਣ ਦਾ ਮਨ, ਗਰੀਬ ਜਨਤਾ ਹੀ ਅਸੀਂ, ਗਰੀਬ ਜਨਤਾ ਨੂੰ ਜਿਤਾਵਾਂਗੇ, ਉਸੇ ਨਾਲ ਹੀ ਅਸੀਂ ਸਹਿਮਤ ਹੈ, ਸਾਰਾ ਪਰਿਵਾਰ, ਅਸੀਂ ਵੀ ਗਰੀਬ ਹੈ, ਉਹ ਵੀ ਗਰੀਬ ਹੈ, ਅਸੀਂ ਉਸੇ ਨੂੰ ਜਿਤਾਵਾਂਗੇ ਜੀ, ਧੰਨਵਾਦ ਜੀ। ਆਪ ਮੇਰੇ ਸਾਥ ਦੇਖ ਰਹੇ ਥੇ ਆਖਿਰ ਜੋ ਭਾਵ ਥੇ ਇਹਨਾਂ ਨੇ ਆਪਣੇ ਪਰ, ਮਾਤਾ ਜੀ ਦੇਖ ਸਕਦੇ ਹੈ, ਛੋਟੇ ਛੋਟੇ ਬੱਚੋਂ ਕੋ ਫਿਰ ਸੇ, ਛੋਟੇ ਛੋਟੇ ਬੱਚੇ, ਵੀਰ ਜੀ ਨਜ਼ਰ ਆ ਰਹੇ ਨੇ ਮੈਨੂੰ ਹਰੀ ਟੀ ਸ਼ਰਟ ਦੇ ਨਾਲ, ਗੱਭਰੂ ਮੁੰਡੇ ਹੋ, ਐਤਕੀ ਵਾਰ ਕੀ ਮੂਡ ਬਣਾਇਆ, ਮੋਦੀ ਸਰਕਾਰ ਦਾ, ਮੋਦੀ ਸਰਕਾਰ ਦਾ, ਮੋਦੀ ਸਰਕਾਰ, ਤੇ ਤੋ ਗੱਭਰੂ ਮੁੰਡੇ ਹੋ, ਐਤਕੀ ਵਾਰ ਕੀ ਮੂਡ ਬਣਾਇਆ, ਮੂਡ ਦਾ ਦੇਸੂ ਜੋਧਾ ਨੂੰ ਜਿਤਾਉਣ ਵਾਸਤੇ, ਦੇਸੂ ਜੋਧਾ, ਦੇਸੂ ਜੋਧਾ, ਕਿਉਂ ਲੱਗਦਾ ਤੁਹਾਨੂੰ ਵੀ ਦੇਸੂ ਜੋਧਾ ਨੂੰ, ਗਰੀਬ ਨਾ ਸਾਂਝਾ ਖੜਦਾ ਬੰਦਾ ਹੈ, ਸਾਂਝਾ ਬੰਦਾ ਹੈ, ਹਾਂ ਖੜਦਾ ਵਧੀਆ, ਮਿਹਨਤੀ ਬੰਦਾ, ਇਮਾਨ, ਹਾਂਜੀ, ਗਰੀਬ ਪਰਿਵਾਰ, ਸਾਡਾ ਗਰੀਬ ਭਰਾ ਗਾ, ਠੀਕ ਆ, ਸਾਡਾ ਗਰੀਬ ਭਰਾ, ਗਰੀਬ ਨਾਲ, ਗਰੀਬ ਨਾਲ ਖੜਦਾ ਹੈ, ਸੁੱਖ ਦੁੱਖ ਦੇ, ਹਾਂ, ਤੇ ਵੀਰ ਜੀ ਤੁਸੀਂ ਵੀ ਜਵਾਨ ਹੋ, ਆਓ ਤੁਸੀਂ ਵੀ ਦੱਸੋ ਕੁਛ, ਤੇ ਵੀਰ ਜੀ ਨਾਲ ਗੱਲਾਂ ਕਰ ਰਹੇ ਸੀ, ਹਾਂਜੀ ਕੀ ਕਹਿਣਾ ਚਾਹੋਗੇ, ਸਾਡਾ ਗਰੀਬ ਭਰਾ ਗਾ, ਅਸੀਂ ਜਿਦਾਵਾਂਗੇ, ਠੀਕ ਆ, ਸਾਡਾ ਦੇਸੀ ਜੋਧਾ ਭਰਾ ਗਾ, ਜ਼ੋਰ ਬਾਬਾ ਜੀ ਪੂਰਾ, ਹਾਂ ਹਾਂ ਪੂਰਾ ਜੀ, ਹੈਲੋ, ਮੇਰੀ ਕੁੜੀ ਦੇ ਖੂਨ ਚੜ੍ਹਦਾ ਹੁੰਦਾ ਸੀਗਾ, ਮਰ ਗਈ ਸੀ, ਇੱਕ ਦਿਨ ਨਾ ਕੋਈ ਦਾਗ ਤੇ ਬਣਿਆ ਸੀ ਕੋਈ, ਤੇ ਉਹ ਮੇਰੇ ਨਾ ਕੁੜੀ ਤੋਂ ਖੂਨ ਚੜ੍ਹਦਾ ਸੀ, ਮਰ ਗਈ ਸੀ, ਮੇਰੇ ਤਿੰਨ ਚਾਰ ਵਾਰੀ ਘਰੇ ਆਇਆ, ਬਾਅਦ ਨੂੰ ਕੁਛ ਦੇ ਗਿਆ, ਸੁੱਖ ਦੇ ਵਿੱਚ ਆਉਂਦਾ ਜੀ, ਦੁੱਖ ਸੁੱਖ ਦੇ ਵਿੱਚ ਆਉਂਦਾ ਹੈ, ਹਾਂ ਆਉਂਦਾ ਦੁੱਖ ਸੁੱਖ ਚ, ਹਾਂਜੀ ਸਭ ਕੁਛ ਆਉਂਦਾ ਜੀ। ਤੋ ਆਪ ਹਮਾਰੇ ਸਾਥ ਦੇਖ ਰਹੇ ਥੇ ਹਾਜ਼ਰ ਹਰਿਆਣਾ ਕੇ ਮਾਧਿਅਮ ਸੇ, ਤੋ ਜੁੜੇ ਰਹੀਏ ਔਰ ਦੇਖਤੇ ਰਹੀਏ, ਬਾਬਿਆਂ ਦਾ ਟੋਲਾ ਵੀ ਤੁਸੀਂ ਦੇਖ ਰਹੇ ਸੀ, ਬਾਬਿਆਂ ਨੇ ਆਪਣੀ ਪੂਰੀ
ਪੂਰੀ ਮਨ ਦੇ ਜਜ਼ਬਾਤ ਸੀਗੇ ਸਾਂਝੇ ਕੀਤੇ ਤੇ ਬਾਬਿਆਂ ਨੇ ਗੱਲ ਕੀਤੀ ਸੀ ਕਿ ਹੁਣ ਬੱਪਾ ਦਾ ਟੱਪਾ ਬੱਪਾ ਦਾ ਠੱਪਾ ਕਿਤੇ ਲੱਗੂਗਾ ਦੇਸੂ ਜੋਧਨ ਦੇਸੂ ਜੋਧਾ ਦੇਸੂ ਜੋਧਨ ਲੱਗੂਗਾ ਫੁੱਲ ਦੇ ਗੁਲਾਬ ਤੇ ਬੱਪਾ ਦਾ ਠੱਪਾ ਇੱਕ ਵਾਰ ਹੋਰ ਦੱਸੋ ਫੁੱਲ ਦੇ ਗੁਲਾਬ ਤੇ ਫੁੱਲ ਦੇ ਕਮਲ ਤੇ ਫੁੱਲ ਦੇ ਕਮਲ ਤੇ ਬੱਪਾ ਦਾ ਠੱਪਾ ਲੱਗੂਗਾ ਤੇ ਗੁਲਾਬ ਖਿਲੂਗਾ ਗੁਲਾਬ ਖਿਲੂਗਾ ਇੱਥੋਂ ਗੁਲਾਬ ਖਿਲੂਗਾ ਗੁਲਾਬ ਬੱਪਾ ਦੇ ਵਿੱਚੋਂ ਗੁਲਾਬ ਖੁੱਲ ਗਿਆ ਖਿਲ ਗਿਆ ਬਸ तो आप हमारे साथ जुड़े रहिए और देखते रहिए हाजिर हरियाणा के साथ हर खास खबर आप सभी का नमस्कार आदाब सत श्री अकाल।